بسم اللہ الرحمن الرحیم السلام علیکم جی ਜੀ ਆਇਆਂ ਨੂੰ ਸਾਡੇ YouTube ਚੈਨਲ ਦੇ ਉੱਤੇ ਤੇ ਅੱਜ ਡੇਰੀ ਗਾਈਡ ਦੇ ਪ੍ਰੋਗਰਾਮ ਜਿਹੜਾ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆਂ ਇਹਦੇ ਵਿੱਚ ਅਸੀਂ ਗੁਫ਼ਤਗੂ ਦਾ ਜਿਹੜਾ ਸਾਡਾ ਮوضوع ਹੈ ਉਹ ਪਿਛਲੀ ਗੁਫ਼ਤਗੂ ਦਾ ਹੀ ਸਾਡੀ ਦਾ ਜਿਹੜੇ ਤੁਹਾਡੇ ਅੱਗੇ ਨਾਲ ਸਾਂਝ ਕੀਤੀ ਉਹਦਾ ਹੀ ਹਿੱਸਾ ਹੈ ਅਸੀਂ ਅੱਜ ਕੱਲ ਆਪਣਾ ਥਨ ਰੋਗ ਦੇ ਸਾੜੂ ਦੇ ਜਿਹੜੇ ਮਸਲਾ ਉਹਦੇ ਤੇ ਗੁਫ਼ਤਗੂ ਕਰਦੇ ਹਾਂ ਪਾ ਉਹਦੇ ਤੇ ਗੱਲਬਾਤ ਹੋ ਰਹੀ ਸੀ ਤੇ ਅੱਜ ਉਹਦੇ ਥਨ ਰੋਗ ਜਾਂ ਸਾੜੂ ਦੀ ਪਹਿਲਾਂ ਤੁਹਾਨੂੰ ਇਸ ਦੱਸਿਆ ਸੀ ਉਹਦਾ تشخیص ਕਿਸ ਤਰ੍ਹਾਂ ਕਰਨੀ ਹੈ ਉਸ ਤੋਂ ਬਾਅਦ ਤੁਹਾਨੂੰ ਸਿਰਫ ਟੈਸਟ ਦਾ ਦੱਸਿਆ ਸੀ ਥਨ ਰੋਗ ਦੇ ਮਸਾਇਲ ਦੱਸੇ ਹਨ ਅੱਜ ਅਸੀਂ ਤੁਹਾਨੂੰ ਦੱਸਣਾ ਕਿ ਥਨ ਰੋਗ ਜਿਹੜਾ ਇਹਦਾ ਇਲਾਜ ਕੀ ਅਸੀਂ ਕਰ ਸਕਨੇ ਆ ਥਨ ਰੋਗ ਦਾ ਜਿਹੜਾ ਮਸਲਾ ਸਾਡੇ ਜਾਨਵਰ ਨੂੰ ਹੋ ਜਾ ਸਾੜੂ ਦਾ ਮਸਲਾ ਹੋ ਜਾ ਸੋ ਇਸੇ ਵਹਾਨਾ ਹੋ ਜਾ ਤੇ ਉਹਦਾ ਇਲਾਜ ਕਿਸ ਤਰ੍ਹਾਂ ਕਰਾਂਗੇ ਇਦੇ ਵਿੱਚ ਜਿਹੜੀ ਤੁਹਾਡੇ ਨਾਲ ਗੱਲਬਾਤ ਜਿਹੜੀ ਤੁਹਾਡੇ ਨਾਲ ਸ਼ੇਅਰਿੰਗ ਕਰ ਰਹਾ ਅਸੀਂ ਜਿਹੜੀ ਸਾਂਝ ਕਰਨਾ ਉਹ ਤਫਸੀਲਾਤ ਅਸੀਂ ਜ਼ਰੇ ਯੂਨੀਵਰਸਿਟੀ ਫੈਸਲਾਬਾਦ ਦਾ ਸ਼ਾਇਆ ਕੀਤਾ ਹੋਇਆ ਹੈ ਕਿ ਰਸਾਲਾ ਹੈ ਸੋਸ਼ਹਵਾਨਾ ਤਸ਼ਖੀਸ ਇਲਾਜ ਔਰ ਰੋਕਥਾਮ ਕਾ ਅਮਲੀ ਪ੍ਰੋਗਰਾਮ ਉਹਦੇ ਵਿੱਚੋਂ ਸਾਰਾ ਤੁਹਾਨੂੰ ਦੱਸਾਂਗੇ ਇਹ ਜਿਹੜਾ ਕਿ ਰਸਾਲਾ ਦੇ ਲਿਖਾਰੀ ਜਿਹੜੇ ਨੇ ਉਹ ਪ੍ਰੋਫੈਸਰ ਡਾਕਟਰ ਮੁਹੰਮਦ ਗੁਲਾਮ ਅਮਮ ਸਾਹਿਬ ਨੇ ਡਾਕਟਰ ਮੁਹੰਮਦ ਕਮਰ ਬਲਾਲ ਸਾਹਿਬ ਨੇ ਡਾਕਟਰ ਅਮਾਰ ਰਸ਼ੀਦ ਸਾਹਿਬ ਨੇ ਡਾਕਟਰ ਮਹਤਾਬ ਹੈਦਰ ਸਾਹਿਬ ਨੇ ਇਹ ਰਾਈਟਰ ਨੇ ਇਸ ਰਸਾਲੇ ਦੇ ਜਿਹੜਾ ਅਜਰਾ ਯੂਨੀਵਰਸਿਟੀ ਫੈਸਲਾਬਾਦ ਸ਼ਾਇਆ ਕੀਤਾ ਤੇ ਇਹਦੇ ਵਿੱਚ ਜਿਹੜਾ ਉਹਨਾਂ ਥਨ ਰੋਗ ਸਾੜੂ ਦੇ ਮਸਟੇਟਸ ਦੇ ਸੋਸ਼ ਹਵਾਨਾਂ ਦਾ ਜਿਹੜਾ ਇਲਾਜ ਦੱਸਿਆ ਉਹ ਅਸੀਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ ਕਿਉਂਕਿ ਬੁਨਿਆਦੀ ਤੌਰ ਤੇ ਜਰਸੀਮੀ ਬਿਮਾਰੀ ਹੈ ਤੇ ਜਰਸੀਮ ਬੈਕਟੀਰੀਆ ਮੁxtਲਫ ਤਰੀਕਿਆਂ ਨਾਲ ਥਨ ਦੇ ਹਵਾਨੇ ਦੇ ਅੰਦਰ ਚਲੇ ਜਾਂਦੇ ਨੇ ਤੇ ਹਵਾਨੇ ਦੀ ਸਾਖਤ ਨੂੰ ਬਾਸਤਾਂ ਨੂੰ ਖਰਾਬ ਕਰ ਦਿੰਦੇ ਇਸ ਵਜ੍ਹਾ ਜਨਵਰ ਸਾਡਾ ਸਾੜੂ ਦਾ ਸ਼ਿਕਾਰ ਹੋ ਜਾਂਦਾ ਇਹਨਾਂ ਸੋ ਇੱਕ ਆਮ ਜਿਹੜਾ ਸਭ ਤੋਂ ਜ਼ਿਆਦਾ ਤੇ ਆਮ ਬੈਕਟੀਰੀਆ ਜਿਹੜਾ ਇਸ ਬਿਮਾਰੀ ਦਾ ਬਾਇਸ ਬੰਦਾ ਉਹ ਸਟੈਫਲੋ ਕੋਕਸ ਅਰੇਸ ਨਾਮੀ ਬੈਕਟੀਰੀਆ ਜਿਹੜਾ ਇਹਦੇ ਵਿੱਚ ਜ਼ਿਆਦਾਤਰ ਬਿਮਾਰੀ ਦੀ ਵਜੂਹਾਂਤ ਵਜਾ ਬੰਦਾ ਤੇ ਇਹ ਕਾਫੀ ਜ਼ਿੱਦੀ ਬੈਕਟੀਰੀਆ ਚੀੜਾ ਬੈਕਟੀਰੀਆ ਸਖਤ ਜਾਣਵੇ ਬੈਕਟੀਰੀਆ ਇਸ ਹਾਸਤੇ ਡਾਕਟਰ ਹਜ਼ਰਤ ਨੇ ਆਖਿਆ ਕਿ ਜਦੋਂ ਵੀ ਤੁਸੀਂ ਕੋਈ ਐਂਟੀਬਾਇਓਟਿਕ ਇਸ ਆਪਣੇ ਥਨ ਸਾੜੂ ਦੇ ਥਨ ਦੇ ਸਾੜੂ ਵਾਸਤੇ ਵਾਨੇ ਦੇ ਮਸਲੇ ਵਾਸਤੇ ਕੋਈ ਵੀ ਐਂਟੀਬਾਇਓਟਿਕ ਇਸਤੇਮਾਲ ਕਰਨੀ ਹੈ ਤਾਂ ਵਸੀਉਲ ਅਸਰ ਕਰਨੀ ਹੈ ਯਾਨੀ ਕਿ ਸਖਤ ਜਿਹੜੀ ਜਿਹਦੇ ਚ ਜ਼ਿਆਦਾ ਬੈਕਟੀਰੀਆ ਨੂੰ ਮੁਸਬਤ ਗ੍ਰਾਮ ਤੇ ਮੰਫੀ ਗ੍ਰਾਮ ਬੈਕਟੀਰੀਆ ਦੇ ਖਿਲਾਫ ਜ਼ਿਆਦਾ ਅਮਲ ਕੁਵਤ ਮਦਾਫਾ ਰੱਖਦੀ ਹੋਵੇ ਉਹਨਾਂ ਨੂੰ ਜ਼ਿਆਦਾ ਕਿਲ ਕਰਦੀ ਹੋਵੇ ਉਹ ਤੁਸੀਂ ਐਂਟੀਬਾਇਓਟਿਕ ਇਸਤੇਮਾਲ ਕਰਨੀ ਦਾ ਵਸੀਉਲ ਅਸਰ ਹੋਵੇ ਇਹਦੇ ਵਿੱਚ ਉਹਨਾਂ ਆਪਣੀ ਤਹਿਕੀਕਾਤ ਤੋਂ ਜ਼ਰੇ ਯੂਨੀਵਰਸਿਟੀ ਫੈਸਲਾਬਾਦ ਜਿਹੜੀਆਂ ਤਹਿਕੀਕਾਤ ਹੋਈਆਂ ਉਦੇ ਵਿੱਚ ਉਹਨਾਂ ਚੰਦ ਅਦਵਿਯਾਤ ਜਿਹੜੀਆਂ ਆਪਣੀ ਤਹਿਕੀਕ ਤੋਂ ਬਾਅਦ ਸਾਬਤ ਕੀਤਾ ਕਿ ਕਿਹੜੇ ਕਿਹੜੇ ਐਂਟੀਬਾਇਓਟਿਕ ਜਿਹੜੇ ਨੇ ਉਹ ਜ਼ਿਆਦਾ ਕਾਰਗਰ ਆ ਮੰਨੇ ਤੇ ਕਿਹੜੇ ਕਿਹੜੇ ਐਂਟੀਬਾਇਓਟਿਕ ਜਿਹੜੇ ਨੇ ਉਹ ਜ਼ਿਆਦਾ ਕਾਰਗਰ ਆ ਮੰਦੇ ਜਾਂ ਜ਼ਿਆਦਾ ਫਾਇਦਾਮੰਦ ਨਹੀਂ ਇਹ ਪ੍ਰੋਫੈਸਰ ਅਜ਼ਰਾਨ ਨੇ ਅਜ਼ਰੇ ਯੂਨੀਵਰਸਿਟੀ ਫੈਸਲਾਬਾਦ ਜਿਹੜੀ ਤਹਿਕੀਕਾਤ ਹੋਈਆਂ ਉਸ ਤੋਂ ਬਾਅਦ ਸਾਬਤ ਕੀਤਾ ਹੈ ਕਿ ਜਿਹੜੇ ਆਪਣਾ ਐਂਟੀਬਾਇਓਟਿਕ ਨੇ ਲਿੰਕੋਮਾਈਸਿਨ ਟੈਲੋਸਿਨ ਟ੍ਰਾਈਮੈਥੋਪਰਮ ਸਲਫਾ ਇਹ ਇੰਜੈਕਸ਼ਨ ਜਿਹੜੇ ਨੇ ਇਹ ਐਂਟੀਬਾਇਓਟਿਕ ਇੰਜੈਕਸ਼ਨ ਇਹ ਥਨ ਹਵਾਨੇ ਦੇ ਰੋਗ ਦੇ ਵਿੱਚ ਸਾੜੂ ਦੇ ਵਿੱਚ ਜ਼ਿਆਦਾ ਕਾਰਾਮਨ ਨੇ ਤੇ ਇਸ ਤੋਂ ਇਲਾਵਾ ਅਗਰ ਥੰਦੇ ਠੰਡ ਹਵਾਨੇ ਦੇ ਵਿੱਚ ਜਿਹੜੀ ਤੁਸੀਂ ਦਵਾਈ ਦਾਖਲ ਕਰਨੀ ਥੰਦੇ ਰਸਤੇ ਉਹਦੇ ਵਿੱਚ ਉਹ ਆਂਦੇ ਨੇ ਫਰਸਟ ਜਨਰੇਸ਼ਨ ਦੇ ਜਿੰਨੇ ਵੀ ਸੈਲਫੋਸਪੋਰਨ ਨੇ ਉਹ ਬਹੁਤ ਜ਼ਿਆਦਾ ਕਾਰਾਮਨ ਨੇ ਫਾਇਦਾਮੰਦ ਨੇ ਜਦ ਕਿ ਉਹਨਾਂ ਆਪਣੀ ਤਹਿਕੀਕਾਤ ਤੋਂ ਸਾਬਤ ਕੀਤਾ ਹੈ ਕਿ ਜੈਂਟਾਮਾਈਸਿਨ ਸਟਰਪੈਟੋਮਾਈਸੀਨ ਕਿਨਾਮਾਈਸੀਨ ਇਹ ਜਿਹੜੇ ਐਂਟੀਬਾਇਓਟਿਕ ਦਵਾਈਆਂ ਨੇ ਇਹ ਇਹ ਜੜੀਆਂ ਨੇ ਇਹ ਥਨ ਹਵਾਨੇ ਦੇ ਰੋਗ ਦੇ ਸਾੜੂ ਵਾਸਤੇ ਜ਼ਿਆਦਾ ਕਾਰਾਮਦ ਨਹੀਂ ਉਹਦੀ ਇਹ ਲਿਖਦੇ ਨੇ ਕਿ ਇਹ ਚੋਂਕਾ ਖੂਨ ਦੇ ਵਿੱਚੋਂ ਹਵਾਨੇ ਦੇ ਵਿੱਚ ਘੱਟ ਜਾਂਦੀਆਂ ਨੇ ਇਸ ਵਾਸਤੇ ਜ਼ਿਆਦਾ ਕਾਰਾਮਾ ਸਾਬਤ ਨਹੀਂ ਹੁੰਦੀਆਂ ਤੇ ਲਿੰਕੋਮਾਈਸੀਨ ਟੈਲੋਸੈਂਟ੍ਰਾਈ ਮੈਥੋਪਰਮਸਲਫਾ ਇਹ ਐਂਟੀਬਾਇਓਟਿਕ ਦਵਾਈਆਂ ਜੜੀਆਂ ਨੇ ਉਹ ਥਨ ਹਵਾਨੇ ਦੇ ਰੋਗ ਦੇ ਵਿੱਚ ਇਹਨਾਂ ਦੀ ਨਿਸਬਤ ਜ਼ਿਆਦਾ ਕਾਰਾਮਨ ਨੇ ਤੇ ਜੇ ਥੰਦ ਦੇ ਵਿੱਚ ਜਿਹੜੀ ਦਾਖਲ ਕਰਨ ਵਾਲੀ ਦਵਾਈਆਂ ਨੇ ਉਹਨਾਂ ਚੋਂ ਆਂਦੇ ਨੇ ਫਰਸਟ ਜੇਨਰੇਸ਼ਨ ਦੇ ਸੈਲਫੋਸਪੋਰਨ ਦੀ ਨੈਵੀ ਨੇ ਉਹ ਜ਼ਿਆਦਾ ਕਾਰਾਮਦ ਹੈਗੇ ਨੇ ਇਸ ਤੋਂ ਇਲਾਵਾ ਉਹ ਤਹਿਕੀਕਾਤ ਉਹਨਾ ਇਸ ਗੱਲ ਨੂੰ ਵੀ ਸਾਬਤ ਕੀਤਾ ਵੇ ਕਿ ਐਂਟੀਬਾਇਓਟਿਕ ਦਵਾਈਆਂ ਦੇ ਇਸਤੇਮਾਲ ਦੇ ਨਾਲ ਨਾਲ ਐਸੀ ਇਹ ਦਵਾਈਆਂ ਵੀ ਇਸਤੇਮਾਲ ਕਰਨੀਆਂ ਚਾਹੀਦੀਆਂ ਜਿਹੜੀਆਂ ਇਹ ਨਾ ਜਰਾਸੀਮ ਦੇ ਖਿਲਾਫ ਜਾਨਵਰ ਦੇ ਵਿੱਚ ਕੂਵਤ ਮੁਦਾਫਤ ਪੈਦਾ ਕਰਨ ਇਸਾ ਇਹ ਇਹਦੇ ਵਿੱਚ ਉਹਨਾਂ ਦੱਸਿਆ ਹੈ ਕਿ ਵਿਟਾਮਿਨ ਏ ਵਿਟਾਮਿਨ ਸੀ ਤੇ ਵਿਟਾਮਿਨ ਈ ਜਿਹੜਾ ਇਹ ਜਿਹੜੇ ਨੇ ਇਹ ਬਹੁਤ ਜ਼ਿਆਦਾ ਕਾਰਾਮਨ ਨੇ ਜਿਹੜੇ ਕਿ ਤੁਸੀਂ ਐਂਟੀਬਾਇਓਟਿਕ ਅਧਵਯਾਦ ਦੇ ਨਾਲ ਕਵਤ ਮਦਾਫਤ ਵਧਾਉਣ ਵਾਸਤੇ ਜਾਨਵਰ ਦੀ ਜਰਾਸੀਮ ਦੇ ਖਿਲਾਫ ਕਵਤ ਮਦਾਫਤ ਬਣਾਉ ਵਧਾਉਣ ਵਾਸਤੇ ਤੁਸੀਂ ਇਸਤੇਮਾਲ ਕਰ ਸਕਦੇ ਹੋ ਵਿਟਾਮਿਨ ਏ ਵਿਟਾਮਿਨ ਸੀ ਤੇ ਵਿਟਾਮਿਨ ਈ ਇਸ ਤਲਾਵਾ ਕੁਝ ਤਜਰਬਾਤੋ ਨਾ ਇਹ ਵੀ ਸਾਬਤ ਕੀਤਾ ਹੈ ਕਿ ਇੱਕ ਜਿਹੜੀ ਕੀੜੇ ਮਾਰਨ ਵਾਲੀ ਅਸੀਂ ਦਵਾਈ ਦਿੰਨੇ ਆ ਜਾਨਵਰਾਂ ਨੂੰ ਲਵਾਮੀਸੋਲ ਉਹ ਵੀ ਥਾਨ ਦੇ ਸਾੜੂ ਦੇ ਰੋਗ ਦੇ ਵਿੱਚ ਥਾਨ ਦੇ ਸਾੜੂ ਹਵਾਨੇ ਦੇ ਸੋਛੇ ਹਵਾਨੇ ਦੇ ਰੋਗ ਦੇ ਵਿੱਚ ਬਹੁਤ ਕਾਰਾਮਦ ਸਾਬਤ ਹੁੰਦੀ ਹੈ ਇਨਾਂ ਸਾਰੇ ਆਪਣੇ ਤਜਰਬਾਤੋ ਤਹਿਕੀਕਾਤ ਤੋਂ ਬਾਅਦ ਉਹਨਾਂ ਚੰਦ ਨੁਕਸੇ ਜਿਹੜੇ ਨੇ ਉਹ ਤਜਵੀਜ਼ ਕੀਤੇ ਨੇ ਉਹ ਨੁਕਸੇ ਵੀ ਅਸੀਂ ਤੁਹਾਡੇ ਨਾਲ ਡਿਸਕਸ ਕਰਨੇ ਆ ਇਹ ਸਭ ਤੋਂ ਪਹਿਲਾਂ ਅਸੀਂ ਨੁਕਸਾ ਤੁਹਾਨੂੰ ਦੱਸਾਂਗੇ ਜਿਹੜਾ ਆਪਣਾ ਵੈਲੋਸੈਲ ਇੰਜੈਕਸ਼ਨ ਨੂੰ ਆਖਿਆ ਜੀ ਵੈਲੋਸੈਲ ਇੰਜੈਕਸ਼ਨ ਜਿਹੜਾ ਉਹ 1 ਗ੍ਰਾਮ ਲੀ ਲੋ ਉਹਦੇ ਚ 30 ਸੀਸੀ ਪਾਣੀ ਸਾ ਸ਼ਾਮਿਲ ਕਰ ਲੋ ਤੇ ਇਹ ਜਿਹੜਾ ਮਹਲੂਲ ਬਣ ਜਾਏਗਾ ਇਹਨੂੰ ਠੰਡੇ ਰਸਤੇ ਹਵਾਨੇ ਦੇ ਵਿੱਚ ਦਾਖਲ ਕਰ ਦਿਓ ਠੀਕ ਹੈ ਜੀ ਇਹ ਯਾਨੀ ਕਿ ਜਿਹੜਾ ਆਂਦੇ ਨਾ ਤੁਹਾਨੂੰ ਚੜਾ ਦਿਓ ਹਵਾਨੇ ਦੇ ਵਿੱਚ ਦਵਾਈ ਚੜਾਉਣੀ ਇਹ ਹਵਾਈ ਦਵਾਈ ਚੜਾਉਣ ਵਾਲਾ ਜਿਹੜਾ ਮਹਲੂਲ ਹੈ ਉਹ ਤਿਆਰ ਹੋ ਜਾਗਾ ਵੈਲੋਸਲ ਇੰਜੈਕਸ਼ਨ 1 ਗ੍ਰਾਮ ਲੈਣਾ 3 ਸੀਸੀ ਪਾਣੀ ਮਿਕਸ ਕਰਨਾ ਇਹ ਤੁਸੀਂ ਜਨਾਬ ਉਹਦੇ ਵਿੱਚ ਰੋਜ਼ਾਨਾ ਸ਼ਾਮ ਨੂੰ 4 ਦਿਨ ਲਗਾਤਾਰ ਜਿਹੜਾ ਨਾ ਜੀ ਇਹ ਤੁਸੀਂ ਰੋਜ਼ਾਨਾ ਸ਼ਾਮ ਚੜਾਓਗੇ ਉਹਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਦੂਸਰੀ ਉਹਨਾਂ ਦੱਸਿਆ ਨੁਕਸਾਨ ਦਿੱਤਾ ਇੰਜੈਕਸ਼ਨ ਦੀ ਸੂਰਤ ਦੇ ਵਿੱਚ ਉਹ ਪਹਿਲਾ ਉਹ ਇਹ ਵੇ ਕਿ ਤੁਸੀਂ ਇੰਜੈਕਸ਼ਨ ਟ੍ਰਾਈਬਕਟਲ ਜਾਂ ਟ੍ਰਾਈਬਰਸਨ ਇਹਨਾਂ ਦੋਨ ਇੰਜੈਕਸ਼ਨਾਂ ਚੋਂ ਜਿਹੜਾ ਤੁਹਾਨੂੰ ਇੰਜੈਕਸ਼ਨ ਮਿਲ ਜਾਏ ਉਹ ਵੀ ਸੀਸੀ ਰੋਜ਼ਾਨਾ ਲਾਓ 4 ਦਿਨ 4 ਦਿਨ ਵੀ ਸੀਸੀ ਰੋਜ਼ਾਨਾ ਲਗਾਓ ਟ੍ਰਾਈ ਟ੍ਰਾਈਬਕਟਲ ਜਾਂ ਟ੍ਰਾਈਬਰਸਨ ਜੋ ਜਿਹੜਾ ਵੀ ਤੁਹਾਨੂੰ ਇੰਜੈਕਸ਼ਨ ਮਿਲ ਜਾਂਦਾ ਉਹ ਲਗਾਓ ਇਸ ਤੋਂ ਬਾਅਦ ਉਹ ਤੀਸਰਾ ਨੁਕਸਾ ਜਿਹੜਾ ਕਵਤ ਮੁਦਾਫਤ ਵਧਾਉਣ ਵਾਸਤੇ ਉਹਨਾਂ ਨੇ ਤਜਵੀਜ਼ ਕੀਤਾ ਉਹ ਵਿਟਾਮਿਨ ਸੀ ਦੀਆਂ ਗੋਲੀਆਂ ਨੇ ਜਿਨ੍ਹਾਂ ਦਾ ਨਾਮ ਹੈ ਟੈਬਲਟ ਸੀਕੌਮ ਇਹ ਆਉਂਦੇ ਨੇ 3 ਗੋਲੀਆਂ ਜਿਹੜੀਆਂ ਟੈਬਲਟ ਸੀਕੌਮ ਦੀਆਂ ਜਿਹੜੀਆਂ ਨਾ ਜੀ ਉਹ ਤੁਸੀਂ ਲਿ ਲਵੋ ਤੇ ਉਹਨੂੰ 1 ਲੀਟਰ ਪਾਣੀ ਦੇ ਵਿੱਚ ਮਿਕਸ ਕਰ ਲਓ ਤੇ ਰੋਜ਼ਾਨਾ ਸ਼ਾਮ ਨੂੰ ਜਨਵਰ ਨੂੰ ਇਹ ਵੀ ਤੁਸੀਂ ਨੁਕਸਾ 4 ਦਿਨ ਪਲਾਉਣਾ ਹੈ ਠੀਕ ਹੈ ਜੀ ਤੇ ਅਗਰ ਉਹ ਇਹ ਤੁਹਾਨੂੰ ਗੋਲੀਆਂ ਆਉਂਦੇ ਨੇ ਨਹੀਂ ਮਿਲਦੀਆਂ ਜਾਂ ਤੁਸੀਂ ਇਲਾਜ ਨੂੰ ਸਸਤਾ ਰੱਖਣਾ ਚਾਹੁੰਦੇ ਹੋ ਤੇ ਇਹਨਾਂ ਗੋਲੀਆਂ ਦੀ ਬਜਾਏ ਤੁਸੀਂ ਅਧ ਪਾਉ ਨਸ਼ਾਦਰ ਲੈ ਲਓ ਤੇ ਉਹਨੂੰ ਰੋਜ਼ਾਨਾ ਅੱਧਾ ਕਿਲੋ ਪਾਣੀ ਦੇ ਵਿੱਚ ਮਿਕਸ ਕਰਕੇ ਉਹ ਵੀ ਜਾਨਵਰ ਨੂੰ ਪਿਲਾ ਦਿਓ 4 ਦਿਨ ਲਗਾਤਾਰ ਇਹ ਨੁਕਸੇ ਤਜਵੀਜ਼ ਚੰਦੂਨਾ ਕੀਤੇ ਹਨ ਇਸ ਤੋਂ ਇਲਾਵਾ ਇੱਕ ਉਹਨਾਂ ਆਪਣੇ ਤਜਰਬਾ ਦੀ ਰੋਸ਼ਨੀ ਦੇ ਵਿੱਚ ਇੱਕ ਨਨ ਐਂਟੀਬਾਇਓਟਿਕ ਨੁਕਸਾਵੀ ਤਜਵੀਜ਼ ਕੀਤਾ ਹੈ ਜਿਹੜਾ ਉਹਨਾਂ ਆਪਣੇ ਤਜਰਬਾ ਤੋਂ ਸਾਬਤ ਕੀਤਾ ਕਿ ਥਨ ਹਵਾਨੇ ਦੇ ਰੋਗ ਦੇ ਵਿੱਚ ਬਹੁਤ ਜ਼ਿਆਦਾ ਕਾਰਾਮਦ ਸਾਬਤ ਹੁੰਦਾ ਹੈ ਇਹ ਨਨ ਐਂਟੀਬਾਇਓਟਿਕ ਨੁਕਸੇ ਦੇ ਵਿੱਚ ਉਹ ਤਜਵੀਜ਼ ਕਰਦੇ ਨੇ ਕਿ ਟ੍ਰਾਈਸੋਡੀਅਮ ਸਾਈਟਰੇਟ ਟ੍ਰਾਈਸੋਡੀਅਮ ਸਾਈਟਰੇਟ 45 ਗ੍ਰਾਮ ਲੀ ਲੋ ਤੇ ਉਹਦੇ ਵਿੱਚ ਵਿਟਾਮਿਨ ਸੀ ਜਿਹੜਾ ਉਹ 10 ਗ੍ਰਾਮ ਲੀ ਲੋ ਇਹਨਾਂ ਦੋਵਾਂ ਨੂੰ ਆਟੇ ਦੇ ਵਿੱਚ ਮਿਕਸ ਕਰ ਲੋ ਤੇ ਆਟੇ ਵਿੱਚ ਮਿਕਸ ਕਰਕੇ ਇਹ 7 ਦਿਨ ਲਗਾਤਾਰ ਖਿਲਾਓ ਇਹ ਵੀ ਜਿਹੜਾ ਥਨ ਹਵਾਨੇ ਦੇ ਰੋਗ ਨੂੰ ਸਾੜੂ ਵਾਸਤੇ ਬਹੁਤ ਕਾਰਾਮਦ ਹੈ ਖਾਸ ਕਰਵਾਉਂਦੇ ਨੇ مخਫੀ ਸਾੜੂ ਦੇ ਵਿੱਚ ਜਿਹੜਾ ਨਾ ਜੀ ਇਹਨੂੰ ਖਸਾਬ ਬਹੁਤ ਜ਼ਿਆਦਾ ਕਾਰਾਮ ਦੇ ਇਹਦਾ ਫਾਇਦਾ ਵੀ ਇਹ ਹੈ ਕਿ ਐਂਟੀਬਾਇਓਟਿਕ ਦੀ ਨਿਸ਼ਬਤ ਇਹਦੇ ਸਾਈਡ ਇਫੈਕਟ ਵੀ ਕੋਈ ਨਹੀਂ ਤੇ ਇਹਦੇ ਨਾਲ ਜਾਨਵਰ ਦਾ ਦੁੱਧ ਵੀ ਨਹੀਂ ਕੱਟਦਾ ਤੇ ਇਹ ਅੱਜ ਦੀ ਸਾਰੀ ਮਲੂਮਾਤ ਸੀ ਇਹ ਜਿਹੜੀ ਅਸੀਂ ਤੁਹਾਨੂੰ ਦਿੱਤੀ ਏ ਇਸ ਮੁਸਤਨਦ ਮਲੂਮਾਤ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਗੈਰ ਮੁਸਤਨਦ ਚੀਜ਼ਾਂ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੇ ਤੁਹਾਨੂੰ ਨਹੀਂ ਦੱਸਦੇ ਇਹ ਅੱਜ ਦੀ ਮੁਸਤਨਦ ਮਲੂਮਾਤ ਜਿਹੜੀ ਕਿ ਜ਼ਰੇ ਯੂਨੀਫਾਸ ਫੈਸਲਾਬਾਦ ਦੇ ਜਿਹੜੇ ਨੇ ਪ੍ਰੋਫੈਸਰ ਅਜ਼ਰਾਤ ਉਹਨਾਂ ਆਪਣੀ تحقیقات ਤੋਂ ਸਾਬਤ ਕੀਤੀ ਹੈ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ ਦੇ ਰਿਗਾਰਡ ਦੇ ਵਿੱਚ ਤੇ ਇਨਸ਼ਾਅੱਲਾ ਤਾਲਾ ਅਗਲੇ ਅਸੀਂ ਆਪਣੇ ਪ੍ਰੋਗਰਾਮ ਤੁਹਾਨੂੰ ਇਹਦੇ ਸਾੜੂ ਦੇ ਥੰਮ ਰੋਗ ਦੇ ਜਿਹੜੇ ਇੱਕ ਚੰਦ ਦੇਸੀ ਨੁਕਸੇ ਤਜਵੀਜ਼ ਕਰਾਂਗੇ ਅੱਜ ਵਾਸਤੇ ਇਹ ਨਹੀਂ ਸੀ ਤੇ ਤੁਹਾਡੇ ਭਾਈਆਂ ਦਾ ਵਕਤ ਦੇਣ ਦਾ ਬਹੁਤ ਸ਼ੁਕਰੀਆ ਜੇ ਸਾਡੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰੋ ਇਹਨੂੰ ਸ਼ੇਅਰ ਕਰੋ ਤੇ ਜੇ ਸਾਡੀ ਇਨਫਰਮੇਸ਼ਨ ਤੁਹਾਨੂੰ ਰੋਜ਼ਾਨਾ ਦੀ ਬੁਨਿਆਦ ਜਿਹੜੀ ਅਸੀਂ ਦੇ ਰਹੇ ਹਾਂ ਉਹ ਅੱਛੀ ਲੱਗਦੀ ਏ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਬੈਲਡਰ ਬਟਨ ਦਬਾਓ ਤਾਂ ਕਿ ਹਰ ਆਉਣ ਵਾਲੀ ਇਨਫਰਮੇਸ਼ਨ ਤੁਹਾਡੇ ਕੋਲ ਬਾਰ ਵਕਤ ਪਹੁੰਚ ਜਾਏ ਤੇ ਤੁਹਾਡੇ ਵਕਤ ਦੇਣ ਦਾ ਬਹੁਤ ਸ਼ੁਕਰੀਆ ਜੀ ਅਸਲਾਮੁਅਲੈਕੁਮ ਜੀ